ਅज़ीज़ ਸਾਥੀਓ ਅਸਲਾਮੁਅਲੈਕਮ ਯਾਰਾ ਰਾਤੀ ਅਸੀਂ ਨਮੂਸੇਰ ਸਾਹਿਬ ਸੱਲੱਲਾਹੁ ਅਲੈਹੁ ਵਸੱਲਮ ਦੀ ਇੱਕ ਤਕਰੀਬ ਵਿੱਚ ਹਾਜ਼ਰ ਸਾਤ ਹੈ ਮੈਨੂੰ ਉਹ ਉੱਥੇ ਫੀਲ ਹੋਇਆ ਗੱਲਾਂ ਜੁਵੀ ਤੇ ਬਾਅਦ ਵਿੱਚ ਤਕੀ ਕੀਤੀ ਤਾਂ ਪਤਾ ਲੱਗਾ ਕਿ ਕੁਝ ਲੋਕ ਔਰ ਕੁਝ ਗਧੀਆਂ ਜਿਹੜੀਆਂ ਉਹ ਅਨਾਦ ਦਾ ਮਸਲਾ ਬਣਾ ਕੇ ਘਰ ਬੈਠੀਆਂ ਨੇ ਕਿ ਸਾਨੂੰ ਮਤਲਬ ਹੈ ਪ੍ਰੋਟੋਕੋਲ ਹੈ ਜਾਂ ਮਤਲਬ ਹੈ ਕੋਈ ਅਜੀ ਚੀਜ਼ ਜਿਹੜੀ ਮਤਲਬ ਹੈ ਨਾ ਕੋਈ ਬਾਜ਼ੀ ਦੂਆ ਨਾ ਲਵਾ ਸਾਡਾ ਵੀ ਨਾ ਹੋਵੇ ਸਹਿਯਰਾ ਮੈਨੂੰ ਇਤਨਾ ਅਫਸੋਸ ਹੋਇਆ ਇੱਕ ਸਾਥੀ ਨੇ ਉਹ ਤਾਂ ਮੈਂਸ਼ਨ ਕੀਤਾ ਮੈਂ ਤਾਂ ਨਹੀਂ ਤਕਿਆ ਕਿਸੇ ਟੀਵੀ ਤੇ ਕੋਈ ਐਡਵਰਟਾਈਜ਼ ਚੱਲ ਰਹੀ ਹੋਵੇ ਉਹ ਮੈਂ ਉਹਨੇ ਲਫ਼ਜ਼ ਨਾ ਇਸਤੇਮਾਲ ਕਰਨਾ ਚਾਹੁੰਦਾ ਕਿ ਉਰਸ ਹੋ ਰਹੇ ਹੁੰਦੇ ਨੇ ਔਰ ਨਾ ਤੇ ਮਹਿਫਲੇ ਨਾ ਦੀਆਂ ਤਕਰੀਬਾਂ ਹੋ ਰਹੀਆਂ ਹੁੰਦੀਆਂ ਨੇ ਤਾਂ ਉੱਥੇ ਪਟੀਆਂ ਚਲਾਈਆਂ ਹੁੰਦੀਆਂ ਨੇ ਨਾ ਟੀਵੀ ਵਾਲਿਆਂ ਨੇ ਭਾਵੇਂ ਗੋ ਕੇ ਪੈਸੇ ਲੈ ਕੇ ਚਲਾਉਂਦੇ ਨੇ ਲੇਕਿਨ ਮੈਂ ਜਿਹੜੇ ਚਲਾ ਰਹੇ ਨੇ ਜਾਂ ਕੋਈ ਜਿਹੜੇ ਕਰ ਰਹੇ ਨੇ ਅੱਛਾ ਕੰਮ ਉਹਨਾਂ ਨੂੰ ਤਾਂ ਸਲਾਮ ਹੈ ਸਰਕਾਰ ਦੀ ਖਾਤਰ ਲੇਕਿਨ ਜਿਹੜਾ ਮੈਨੂੰ ਇਹ ਪਤਾ ਲੱਗਿਆ ਯਾਰਾ ਮੈਂ ਤੁਹਾਡੇ ਕੋਲ ਪੁੱਛਣਾ ਕਿ ਅਸੀਂ ਕਿਸ ਮੁਲਕ ਵਿੱਚ ਰਹਿੰਦੇ ਆ ਯਾਰਾ ਉਹ ਜੇ ਬਾਰ-ਬਾਰ ਤੁਹਾਡੀ ਗੈਰਤ ਦਾ ਟੈਸਟ ਲੈਂਦੇ ਨੇ ਤੇ ਤੁਸਾਂ ਨੂੰ ਯਾਰਾ ਗੈਰਤ ਆਉਣੀ ਚਾਹੀਦੀ ਹੈ ਮੈਂ ਬਿਲਕੁਲ ਬਿਲਕੁਲ ਖੁੱਲੇ ਅਲਫ਼ਾਂ 'ਚ ਪਿਆ ਆਦਾ ਕਿ ਜਿੱਦੇ ਅਸਬ ਨਸਬ 'ਚ ਜ਼ਿਕ ਜ਼ਾ ਕੋਈ ਨਹੀਂ ਉਹ ਤੁਹਾਡੇ ਪਿਓ ਦਾਦੇ ਦੀ ਗੱਲ ਹੋਇਆ ਤੁਹਾਡੇ ਤੁਹਾਡੀ ਆਪਣੀ ਜ਼ਾਤੀ ਗੱਲ ਹੋਇਆ ਤਾਂ ਤੁਸੀਂ ਛੁੱਟ ਛੁੱਟ ਕੇ ਇੱਕ ਦੋ ਇਹਦੇ ਗੱਲੇ ਤਾਂ ਪੈਂਦੇ ਹੋ ਤਾਂ ਕਿਸਰਾਂ ਦੀਆਂ ਤਸਵੀਰਾਂ ਔਰ ਜੋ ਮੈਂ ਸੁਣਿਆ ਹੈ ਦੇਖਿਆ ਨਹੀਂ ਜਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਜੋ ਕੀਤਾ ਜਾ ਰਿਹਾ ਹੈ ਇਤਨਾ ਹੌਸਲਾ ਹੈ ਇਤਨੀ ਹਿੰਮਤ ਨਹੀਂ ਪਾੰਦੀ ਕਿ ਬੰਦਾ ਉਹ ਚੀਜ਼ਾਂ ਦੇਖਿਆ ਤੇ ਜੇ ਇਸ ਮੌਕੇ ਦਾ ਵੀ ਇਹ ਤੁਸਾਂ ਜੁੱਬੇ ਕੁੱਬੇ ਇਹ ਤੁਹਾਡੀਆਂ ਜੜੀਆਂ ਪਗੜੀਆਂ ਅੱਗੇ ਤੁਹਾਨੂੰ ਪਤਾ ਪਿਆ ਰੁੱਲਦੀਆਂ ਹਨ ਆਵਾਮ ਚਲੋ ਕੁਝ ਬੇਵਕੂਫ ਹੈ ਜਿਹੜੀ ਕਿ ਲੱਗੀ ਹੈ ਤੁਹਾਡੇ ਨਾਲ ਇਨਸ਼ਾਅੱਲਾ ਮੇਰਾ ਇਹ ਮੈਸੇਜ ਹੈ ਇਹ ਵੀ ਹੈ ਉਹਨਾਂ ਨੂੰ ਕਿ ਯਾਰਾ ਤੁਸੀਂ ਵੀ ਹੋਸ਼ ਕਰੋ ਕਿ ਇਹਨਾਂ ਦੀ ਤੁਸੀਂ ਸ਼ਕਰਾਂ ਮਕਰੂਹ ਚਿਹਰੇ ਦੇਖੋ ਕਿ ਜਿਹੜੇ ਇਸ ਮੌਕੇ ਤੇ ਵੀ ਇਕੱਠੇ ਨਾ ਹੋਵਣ ਔਰ ਅਗਰ ਇਸ ਮੌਕੇ ਦਾ ਵੀ ਆਪਣੀਆਂ ਨਾਂ ਰੱਖਣ ਤੇ ਇਹਨਾਂ ਦੀਆਂ ਨਾਂ ਇਹਨਾਂ ਦੀਆਂ ਗੈਰਤਾਂ ਕਿਸ ਵਾਸਤੇ ਨੇ ਉਹ ਆ ਜਾ ਕੇ ਅਸੀਂ ਜਿੱਥੇ ਵੀ ਅਸੀਂ ਜਾਈਏ ਸਾਨੂੰ ਇਹ ਪਤਾ ਲੱਗਦਾ ਹੋਵੇ ਕਿ ਇਹ ਲੋਕ ਜਦੋਂ ਵੀ ਤੁਸੀਂ ਦੇਖੋ ਕਿ ਜਦੋਂ ਹੀ ਇਹ ਜਾ ਮੌਕਾ ਆਉਂਦਾ ਵੈ ਇਹ ਟੀਮਾਂ ਬਣਾ ਲੈਂਦੇ ਨੇ ਇਹ ਆਪਣੇ ਆਪਣੇ ਉਹ ਆਦਨ ਵੀ ਮਸਲ ਸ਼ੋਅ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਯਕੀਨ ਕਰੋ ਉਹਨ ਇੰਤਹਾ ਹੋ ਚੁੱਕੀ ਹੈ ਤੁਸੀਂ ਦੇਖੋਗੇ ਪਹਿਲਾਂ ਵੀ ਅਸੀਂ ਕਿਸ ਤਰ੍ਹਾਂ ਜ਼ਲੀਲ ਹੋਣ ਲੱਗੇ ਆ ਅਸੀਂ ਲੱਖ ਗੁਨਾਹਗਾਰ ਸਹੀ ਲੇਕਿਨ ਯਾਰਾ ਇਹ ਟੈਸਟੀ ਲੈ ਲਵੋ ਕਿ ਸਮਝੋ ਕਿ ਸਾਡਾ ਟੈਸਟ ਇਹ ਹੋ ਸਕਦਾ ਹੈ ਕਿ ਅੱਲਾਹ ਤਾਲਾ ਸਾਨੂੰ ਇਸ ਸਬਾਨਾ ਮਾਫ ਕਰ ਦਿਆ ਸਰਕਾਰ ਨੂੰ ਸਾਡੀ ਕੋਈ ਅਦਾ ਪਸੰਦ ਆ ਜਾਏ ਤੇ ਜਿਹੜੇ ਤੁਸੀਂ ਇਹ ਝੋਲੀ ਚੁਕ ਮੋਲਵੀ ਨਾ ਨਾ ਲੱਗੇ ਹੋ ਜਾਂ ਲਫਾਫਾ ਮੋਲਵੀ ਲੱਗੇ ਹੋ ਜਾਂ ਜਿਹੜੇ ਕੋਈ ਮਹਿਫਲੇ ਨਾਤ ਦੇ ਨਾਤਖ्वान ਮੌਜੂਦ ਹੋ ਕਿਧਰੇ ਥਾ ਲੋਕਲ ਮੌਜੂਦ ਹੋ ਤਾਂ ਮਸਤੀਤਾ ਹੋ ਜਿਹੜੇ ਬਿਮਾਰ ਹੋ ਜਾਂ ਜਿਨ੍ਹਾਂ ਨੂੰ ਕੋਈ ਮਸਲਾ ਵਾ ਕੋਈ ਉਹ ਇੱਕ ਜਾਣੀਆਂ ਨੂੰ ਮਸਲਾ ਹੈ ਮੈਂ ਉਹਨਾਂ ਤੋਂ ਮਾਫ਼ਰਤ ਕਰਾਂਗਾ ਲੇਕਿਨ ਇਹ ਮੈਂ ਮੈਸੇਜ ਜ਼ਰੂਰ ਉਹਨਾਂ ਲੋਕਾਂ ਨੂੰ ਦੇਵਾਂਗਾ ਕਿ ਜਿਨ੍ਹਾਂ ਲੋਕਾਂ ਨੇ ਇਹ ਪਗੜੀਆਂ ਜਾਂ ਆਪਣੀਆਂ ਟੋਪੀਆਂ ਦੀ ਤੁਹਾਨੂੰ ਫਿਕਰ ਪਈ ਹੈ ਜਾਂ ਆਪਣੇ ਨਾਂ ਦੀ ਫਿਕਰ ਪਈ ਹੈ ਇਹ ਮੇਰਾ ਅੱਲਾ ਜਾਣਦਾ ਹੈ ਕਿ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੀ ਕਰਾਂਗਾ ਅੱਲਾਹ ਤਾਲਾ ਮੇਰਾ ਔਰ ਤੁਹਾਡਾ ਹਮਿਆ ਨਾ ਸਰ ਹੋਵੇ ਉੱਥੇ ਰਾਲ ਕੇ ਪਹੁੰਚੋ ਬਹੁਤ ਬਹੁਤ ਸ਼ੁਕਰੀਆ ਅੱਲਾ ਹਾਫਿਜ਼